ਬਾਕੀ ਪਾਣੀ ਬੜਾ ਠੰਡਾ ਗਾ ਤੇ ਪਰ ਕੋਈ ਚੱਕਰ ਨਹੀਂ ਗਾ ਹਰ ਸਾਲ ਨਹਾਉਂਦੇ ਹਾਂ ਤਾਂ ਇਸ ਵਾਰ ਵੀ ਨਹਾ ਹੀ ਲਵਾਂਗੇ ਕੋਈ ਬਾਕੀ Hope you guys are fine. I am also fine. ਤੇ ਇਸ ਟਾਈਮ ਬੈਠਾਂਗੇ ਟਰੈਕਟਰ ਦੇ ਤੇ 10 ਵੱਜ ਰਹੇ ਨੇ ਤੇ ਸਾਨੂੰ ਪਤਾ ਹੈ ਨਾ ਕਿੱਥੇ ਜਾਣਾ ਗਾ ਤਾਂ ਆਪਾਂ ਜਾਣਾ ਯਾਰ ਫਤਿਹਗੜ੍ਹ ਸਾਹਿਬ ਤੇ ਬਾਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਾਕੀ ਟਰੈਕਟਰ ਟਰਾਲੀ ਤਿਆਰ ਆ ਤੇ ਬੰਦੇ ਨਹੀਂ ਤਿਆਰ ਹੈਗੇ ਪਰ ਹਲੇ ਤੇ ਬਾਕੀ ਚੱਲਦਿਆਂ ਥੋੜ੍ਹੇ ਟਾਈਮ ਨੂੰ 10 ਵੱਜ ਗਏ ਤੇ ਬਾਕੀ ਪਿਛਲੇ ਵਲੌਗ 'ਚ ਦੇਖਿਆ ਸੀ ਨਾ ਮੇਰੀ ਅੱਖ ਹੈ ਨਾ ਕਿੰਨੀ ਕੁ ਸੀਗੀ ਤੇ ਆਹ ਹੁਣ ਦੇਖੋ ਯਾਰ ਕਿੰਨੀ ਹੋ ਰਹੀ ਹੈਗੀ ਮਤਲਬ ਇਹਦੇ ਕਰਕੇ ਮੇਰਾ ਜਾਣ ਦਾ ਇੱਕ ਦਿਲ ਵੀ ਨਹੀਂ ਕਰਦਾ ਦੋ ਬੰਦੇ ਤਾਂ ਆ ਗਏ ਤਿਆਰ ਹੋ ਗਏ ਕਿਉਂ ਤਿਆਰ ਹੋ ਚੱਲ ਚੱਲ ਆ ਜਾਓ ਫਿਰ ਚੱਕ ਲਿਓ ਬੈਗ ਬੂਗ ਆ ਕਰਦੇ ਤੂੰ ਸਾਫ ਬੰਦੇ ਆ ਜਿਹੜਾ ਮਨਾਂ ਵਿੱਚ ਪੈਦਾ ਕੀਤੇ ਹੋਏ ਗੰਦ ਨੂੰ ਤੇ ਯਾਰ ਹੋਰੀ ਵੀ ਚੱਲੇ ਸਰਹੰਦ ਨੂੰ ਤੇ ਬੈਗ ਲਿਆਤਾ ਰਜਾਈ ਪਹਿਲਾਂ ਧਰਤੀ ਸੀਗੀ 11:50 ਹੋ ਗਏ ਤੇ ਅਸੀਂ 11:50 ਦੇ ਚੱਲ ਪਏ ਤੇ ਨਾਲ ਆਪਣੇ ਡਰਾਈਵਰ ਤਾਰੀ ਖਾਈ ਤੇ ਬਾਕੀ ਗੁਰਧਿਆਨ ਜੱਟ ਅਸੀਂ ਅੱਗੇ ਬੈਠੇ ਹਾਂ ਤੇ ਦੇਖਾਂ ਕਿੰਨੇ ਵਜੇ ਪਹੁੰਚਾਂਗੇ ਤੇ ਬਾਕੀ ਨਵਾਂ ਟਰੈਕਟਰ ਆ ਪਜਾਵਾਂਗੇ ਤਾਂ ਠੀਕ ਆ ਹਲੇ ਤਾਂ ਝੰਡੇ ਝੂਲਦੇ ਰਹਿਣੇ ਨੇ ਖਾਲਸੇ ਦੇ ਸਦਾ ਤੇ ਹੁਣ ਅਸੀਂ ਪੈਪ ਲਵਾਉਂਦੇ ਇੱਥੋਂ ਨਾ ਤਲਗੀ ਤਰਦੇ ਵੀਰ ਦੁਲਾਰੇ ਜਿਨ੍ਹਾਂ ਦੀ ਸਤਗੁਰ ਪੈਜ ਸਵਾਰੇ ਤਲਗੀ ਤਰਦੇ ਵੀਰ ਦੁਲਾਰੇ ਜਿਨ੍ਹਾਂ ਦੀ ਸਤਗੁਰ ਪੈਜ ਸਵਾਰੇ ਤੁਰ ਪੈ ਰਹਿ ਗਿਆ ਤੇ ਅੱਧਾ ਕਵਰ ਕਰ ਲਿਆ ਰਾਹ ਤੇ ਯਾਰ ਉਹਦੀ ਪੀਰੇ ਨੇ ਇਸ ਟਾਈਮ ਚਾਹ ਤੇ ਇਸ ਟਾਈਮ ਖੜਿਆ ਸੀ ਸਮਾਨ ਆ ਟੱਪ ਕੇ ਟੂਲ ਟੈਕਸ ਤੇ ਇਹ ਚਾਹ ਪੀ ਰਿਆਂਗੇ ਬਵੰਜਾ ਹੋ ਗਏ ਯਾਰ ਤੇ 11:40 ਤੇ ਚੱਲੇ ਸੀ ਤੇ ਫਿਲਹਾਲ ਜਾਮ ਬਾਹਲਾ ਲੱਗ ਰਿਹਾ ਪਹਿਲਾਂ ਅਸੀਂ ਪਰਲੇ ਰਸਤੇ ਜਾਏ ਕਰਦੇ ਹਾਂ ਨਾ ਤੇ ਇੱਧਰ ਦੀ ਕੋਈ ਨਵਾਂ ਹੀ ਰਸਤਾ ਪਾਤਾ ਇਹਨਾਂ ਨੇ ਤੇ ਬਾਕੀ ਜਾਮ ਦੇਖੋ ਟਰਾਲੀਆਂ ਟਰਾਲੀ ਜੋ ਸ਼ਹੀਦੀਆਂ ਸਾਡੇ ਵਾਸਤੇ ਦਿੱਤੀਆਂ ਸਾਹਿਬਜ਼ਾਦਿਆਂ ਨੇ ਆਪਾਂ ਉਹਨਾਂ ਦਾ ਚੁਕਾ ਨਹੀਂ ਸਕਦੇ ਕਦੇ ਕਰਜ਼ ਤੇ ਮੇਰਾ ਦਿਲ ਦੇਖਣ ਨੂੰ ਜਲਦੀ ਕਰ ਰਹੇ ਆ ਠੰਡਾ ਬੁਰਜ ਠੰਡਾ ਬੁਰਜ ਨੌ 31 ਹੋ ਗਏ ਯਾਰ ਮਤਲਬ ਟੋਟਲ ਟਾਈਮ ਹੋ ਗਿਆ ਸਾਨੂੰ 6-8 ਘੱਟੋ ਘੱਟ 10 ਘੰਟੇ ਲੱਗ ਗਏ ਤੇ ਬਾਕੀ ਟਰਾਲੀ ਲਾਉਣ ਦੀ ਜਗ੍ਹਾ ਦੇਖ ਰਹੇ ਹਨ ਤੇ ਬਾਕੀ ਮੇਨ ਤਾਂ ਚਾਰਜਿੰਗ ਹੋ ਗਈ ਤੇ ਬਾਕੀ ਫਿਲਹਾਲ ਲੰਗਰ ਖਾ ਰਹੇ ਹਾਂ ਮੈਂ ਆਪਣੇ ਦੋਸਤ ਖਾਸ ਨਾਲ ਅਤੇ ਬਾਕੀ ਕੱਲ੍ਹ ਮਿਲਦੇ ਹਾਂ ਗੁਰਦੁਆਰਿਆਂ ਦੇ ਇਤਿਹਾਸ ਨਾਲ ਅਤੇ ਰੋਟੀ ਖਾਣ ਲੱਗਿਆਂਗੇ ਯਾਰ ਅਤੇ ਬਾਕੀ ਦਸਤਾਰ ਖੁੱਲ੍ਹੀ ਜਾਂਦੀ ਕਿਉਂਕਿ ਮੈਨੂੰ ਬੰਨਣੀ ਨਹੀਂ ਆਉਂਦੀ ਅਤੇ ਚਲੋ ਬਾਕੀ ਲੰਗਰ ਖਾ ਲਈ ਸਵੇਰੇ ਗੱਲਾਂ ਕਰਦੇ ਹਾਂ ਇਸ ਟਾਈਮ ਖੜਿਆ ਮੈਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਸਰੋਵਰ ਕੋਲ ਅਤੇ ਨਹਾਉਣ ਦੀ ਤਿਆਰੀ ਆ ਗਈ ਅਤੇ ਬਾਕੀ ਪਾਣੀ ਬੜਾ ਠੰਡਾ ਗਾ ਅਤੇ ਪਰ ਕੋਈ ਚੱਕਰ ਨਹੀਂ ਗਾ ਹਰ ਸਾਲ ਨਹਾਉਂਦੇ ਹਾਂ ਤਾਂ ਇਸ ਵਾਰ ਵੀ ਨਹਾ ਹੀ ਲਵਾਂਗੇ
ਜੋਤੀ ਸਰੂਪ ਗੁਰਦੁਆਰੇ ਦੇ ਅਸੀਂ ਦਰਸ਼ਨ ਕਰ ਆਏ ਸੀਗੇ ਤੇ ਆਪਣੀ ਨਿੱਘੀ ਸ਼ਰਧਾਂਜਲੀ ਵੀ ਭੇਟ ਕਰ ਆਏ ਸੀ। ਪਾਣੀ 'ਚ ਨਹਾਉਣ ਤੋਂ ਬਾਅਦ ਯਾਰ ਚਾਹ ਪੀਣ ਦਾ ਨਜ਼ਾਰਾ ਹੀ ਅੱਡਾ ਗਾ ਅਤੇ ਅਸੀਂ ਹਰ ਸਾਲ ਐਵੇਂ ਨਾ ਪਿੱਛੇ ਸਰੋਵਰ 'ਚ ਨਹਾ ਕੇ ਬਾਅਦ 'ਚੋਂ ਚਾਹ ਪੀ ਲੈਂਦੇ ਹਾਂ ਅਤੇ ਚਾਹ ਨਾਲ ਬ੍ਰੈਡ ਆ। ਅਤੇ ਫਿਰ ਨਾ ਨੂੰ ਕਹਿਣਾ ਲੰਗਰ ਵੀ ਖਾ ਲਿਆ ਸੀਗਾ ਅਸੀਂ ਅਤੇ ਬਾਕੀ ਫਿਰ ਹੁਣ ਅਸੀਂ ਠੰਡੇ ਬੁਰਜ ਗੁਰਦੁਆਰੇ 'ਚ ਨਹੀਂ ਚੱਲਦੇ ਹਾਂ ਜਿਹੜਾ ਕਿ ਇੱਥੋਂ ਮੇ ਬੀ 1.5 ਜਾਂ 2 ਕਿਲੋਮੀਟਰ ਸਮਥਿੰਗ ਦੂਰ ਹੈਗਾ ਹੈ ਨਾ। ਅਤੇ ਬਾਕੀ ਇੱਧਰ ਮੁੰਡਿਆਂ ਨੇ 17 ਸਜਾ ਲਈਆਂ ਅਤੇ ਬਾਕੀ ਯਾਰ ਮੈਂ ਐਤਕੀ ਪੱਗ ਲੈ ਕੇ ਨਹੀਂ ਆਇਆ ਹੈ ਨਾ ਤਾਂ ਕਰਕੇ ਰੁਮਾਲ 'ਚ ਹੀ ਸਾਰਦੇ ਹਾਂ। ਚਲੋ ਬਾਕੀ ਦੇਖਦੇ ਹਾਂ ਜੇ ਕੋਈ ਪਰਨਾ ਵਾਧੂ ਹੋਇਆ ਅਤੇ ਇੱਧਰ ਤਾਂ ਲੱਗ ਗਏ। ਅਸੀਂ ਨਾ ਠੰਡੇ ਬੁਰਜ ਗੁਰਦੁਆਰੇ ਨੂੰ ਜਾ ਰਹੇ ਹਾਂਗੇ ਅਤੇ ਰਸਤੇ ਜਾਂ ਨਾ ਭਾਈ ਨਿਹੰਗ ਸਿੰਘ ਆਏ ਅਤੇ ਇੱਕ ਮੁੰਡੇ ਨੂੰ ਟੋਪੀ ਲਾ ਕੇ ਲੈ ਗਏ ਅਤੇ ਫਿਰ ਬਾਅਦ 'ਚੋਂ ਇਹਨੇ ਸੁਜੈਸਟ ਕੀਤਾ ਕਿ ਜੇ ਤੁਸੀਂ ਟੋਪੀ ਖੋਨੇ ਹੋਗੇ ਨਾ ਤਾਂ ਫਿਰ 1 ਮੀਟਰ ਦਾ ਪਰਨਾ ਤਾਂ ਦੇ ਜੇ ਕਰੋ, ਮਤਲਬ ਯਾਰ ਅਗਲਾ ਫਿਰ ਦਸਤਾਰ ਬੰਨ ਲੂਗਾ ਜੇ ਤੁਹਾਨੂੰ ਟੋਪੀ ਬੁਰੀ ਲੱਗਦੀ ਹੈਗੀ। ਅਤੇ ਬਾਕੀ ਆਪਾਂ ਤਾਂ ਬੰਨਿਆ ਹੀ ਫਿਰ ਰੁਮਾਲ ਮੈਥੋਂ ਰਹੀ ਨਹੀਂ ਅਤੇ ਦਸਤਾਰ ਬੰਨ ਲਈ। ਦੱਸਿਓ ਕਮੈਂਟ ਕਰਕੇ ਕਿਵੇਂ ਲੱਗਦੀ ਹੈ ਜੀ। ਹੁਣ ਵੀ ਜਾਂਦੇ ਜਾਂਦੇ ਯਾਰ ਰਾਹ 'ਚ ਅਤੇ ਇੱਕ ਬਹੁਤ ਵਧੀਆ ਚੀਜ਼ ਦਿਖੀ ਮੈਨੂੰ ਕਿ ਆਹ ਦੇਖੋ ਆਪਣੇ ਮੁਸਲਿਮ ਭਰਾਵਾਂ ਵੱਲੋਂ ਹੈ ਨਾ, ਆਪਣੇ ਸਿੱਖ ਭਾਈਆਂ ਵਾਸਤੇ, ਮਤਲਬ ਐਵਰੀ ਧਰਮ ਲਈ ਯਾਰ ਲੰਗਰ ਚੱਲ ਰਿਹਾ ਹੈਗਾ ਅਤੇ ਇਸ ਤੋਂ ਵਧੀਆ ਗੱਲ ਕੋਈ ਹੈ ਹੀ ਨਹੀਂ ਗੀ ਅਤੇ ਦਿਲ ਨੂੰ ਬਹੁਤ ਸਕੂਨ ਮਿਲਿਆ ਯਾਰ। ਭੀੜ 'ਚ ਯਾਰ ਗੱਲਾਂ ਕਰਦਾ ਕਰਦਾ ਪਹੁੰਚ ਗਿਆ ਮੈਂ ਠੰਡਾ ਬੁਰਜ ਗੁਰਦੁਆਰੇ ਕੋਲ ਅਤੇ ਇੱਥੇ ਭੀੜ ਉਸ ਤੋਂ ਵੀ ਜ਼ਿਆਦਾ ਰਸਤੇ ਨਾਲ ਅਤੇ ਆਹ ਦੇਖੋ ਵੱਜ ਕੇ 37 ਮਿੰਟ ਹੋ ਗਏ ਅਤੇ ਹੁਣੇ ਗੁਰੂ ਘਰ ਠੰਡਾ ਬੁਰਜ ਮੱਥਾ ਟੇਕ ਕੇ ਆਇਆਂਗੇ ਅਤੇ ਤੁਹਾਡੇ ਕੇ ਕੀ ਆਏ ਯਾਰ ਚਾਨੀ ਚਾੜ ਕੇ ਆਇਆ, ਮਤਲਬ ਫੋਨ ਕਢਵਾ ਲਿਆ ਯਾਰ ਮੇਰੇ ਦੋਸਤ ਨੇ ਅਤੇ ਉਹ ਕਿੰਨੇ ਦਾ ਕਢਵਾ ਲਿਆ ਦੱਸੀ, ਕਿੰਨੇ ਦਾ ਕਢਵਾ ਲਿਆ? ਹੈਂ 23,000 ਦਾ ਫੋਨ, ਓਪੋ ਦਾ ਸੀਗਾ ਪਤਾ ਨਹੀਂ ਕਿਹੜਾ ਹੈ ਨਾ, ਅਤੇ ਕਢਵਾ ਲਿਆ ਉਸਤਾਦ ਨੇ। ਆਹ ਬੰਦਾ ਹੈਗਾ ਬਈ ਜਿਹੜਾ, ਪਰ ਯਾਰ ਭੀੜ ਹੀ ਬਹੁਤ ਸੀਗੀ, ਪੱਬੇ ਹੀ ਨਹੀਂ ਲੱਗਦੇ ਸੀਗੇ ਨੀਚੇ, ਇੰਨਾ ਰਸ਼ ਕਿਉਂਕਿ ਦਿੱਲੀ ਵਾਲੇ ਸਾਰੇ ਐਤਕੀ ਇੱਧਰ ਆ ਗਏ ਨਾ, ਜੇਬ ਕਾਤਰਿਆਂ ਦਾ ਕਿਹੜਾ ਪਤਾ ਲੱਗਦਾ, ਨਾਲੇ ਬਾਕੀ ਚਿਹਰੇ ਤਾਂ ਇੱਕੋ ਜਿਹੇ ਹੁੰਦੇ ਨੇ, ਧੋਖੇ ਦੇਣ ਵਾਲੇ ਵੀ ਆਪਣਿਆਂ 'ਚ ਹੁੰਦੇ ਨੇਗੇ। ਅਤੇ ਬਾਕੀ ਫਿਰ ਲਿਕੜ ਗਿਆ, ਹਾਂ ਵੀ ਕਿਹੋ ਜਿਹਾ ਮਹਿਸੂਸ ਹੋ ਰਿਹਾ? ਬਹੁਤ ਬੁਰਾ ਬੁਰਾ ਬਹੁਤ ਬੁਰਾ। ਫਿਰ ਯਾਰ ਇਹਦਾ ਕਸੂਰ ਨਹੀਂ ਨਾ, ਉਹ ਤਾਂ ਫਿਰ ਹੁਣ ਜੇਬ ਕਾਤਰੇ ਲੈ ਕੇ ਕੱਢ ਕੇ, ਪੀੜੀ ਬਹੁਤ ਸੀ ਜਿਵੇਂ ਤੁਹਾਨੂੰ ਦੇਖਿਆ ਹੋਣਾ ਕਲਿੱਪਰ ਨਾ, ਪੈਸੇ ਕਾਹਦੇ ਬਚ ਗਏ? ਪੈਸੇ 2,000 ਸੀਗਾ ਜਿਵੇਂ ਆਹ ਜੇਬ 'ਚ ਹੈ ਨਾ, ਪੈਂਟ ਵਾਲੀ 'ਚ ਏਸੇ 'ਚ ਪੈਸੇ ਸੀ, ਏਸੇ 'ਚ ਫੋਨ ਸੀਗਾ ਅਤੇ ਪੈਸੇ ਬਚ ਕੇ ਫੋਨ ਲਿਕੜ ਗਿਆ। ਮੈਂ ਤਾਂ ਕਹਿੰਦਾ ਉਹ ਵੀ ਲੈ ਜਾਂਦਾ ਫਿਰ ਹੁਣ, ਜਦ ਧਿਆਨ ਹੀ ਨਹੀਂ ਰੱਖਦਾ ਬੰਦਾ। ਸੇਮ ਬਲੌਗ ਅਤੇ ਲਾਸਟ ਦਿਨ ਆ ਯਾਰ ਅੱਜ ਸਵਾ ਦਾ, ਅਤੇ ਲਾਸਟ ਦਿਨ ਆਪਾਂ ਆਪਣੀ ਸ਼ਰਧਾਂਜਲੀ ਦੇ ਕੇ ਜਾਂਦੇ ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ। ਅਤੇ ਬਾਕੀ ਅੱਜ ਨਗਰ ਕੀਰਤਨ ਦਾ ਦਿਨ ਹੈ ਨਾ, ਮੱਥਾ ਟੇਕ ਕੇ ਆਏ ਸੀ ਹੈ ਨਾ ਜੋਤੀ ਸਰੂਪ ਸਾਹਿਬ ਗੁਰਦੁਆਰੇ 'ਚ, ਠੰਡਾ ਬੁਰਜ ਗੁਰਦੁਆਰੇ 'ਚ ਅਸੀਂ ਰਾਤ ਟੇਕ ਕੇ ਆਏ ਸੀਗੇ। ਅਤੇ ਬਾਕੀ ਇੱਧਰ ਜਿਹੜਾ ਇੱਕ ਆਮ ਖਾਸ ਬਾਗ ਆ ਉੱਧਰ ਵੀ ਜਾਏ ਸੀਗੇ। ਬਾਕੀ ਅੱਜ ਘਰ ਪਰਤਣ ਦੀਆਂ ਤਿਆਰੀਆਂ ਨੇਗੀਆਂ ਅਤੇ ਬਾਜ ਬੈਠੀ ਪਈ ਆ ਯਾਰ, ਨਹੀਂ ਤਾਂ ਮੈਂ ਕੀ ਦੱਸਾਂ ਹੈ ਨਾ, ਦੇਖ ਕੇ ਭਰੋਸਾ ਕਰਿਆ ਕਰ ਜਿੰਦੜੀਏ, ਫਿਰ ਨਾ ਕਹੀਂ ਉਹੀ ਗੱਲ ਹੋਈ। ਅਤੇ ਨਾਲ ਅੱਜ ਆਪਣੇ ਬਾਈ ਆਪਣਾ ਵੀਰ ਅੱਤ ਜੱਟ ਸੋਈ, ਅਤੇ ਦੱਸੋ ਭਰਾ ਦੇ ਕੀ ਹਾਲ ਨੇ? ਬਹੁਤ ਵਧੀਆ ਵੀਰੇ, ਤੂੰ ਸੁਣਾ ਕੀ ਕਹਿੰਦੀ ਹੈ ਜ਼ਿੰਦਗੀ? ਬਸ ਰਹੀ ਆ ਬਾਈ, ਮੇਰਾ ਸੈਟੀਸਫਾਈ। ਅਤੇ ਬਾਕੀ ਬਾਈ ਨੂੰ ਹੈ ਨਾ ਪਹਿਲਾਂ ਬਹੁਤ ਚਿਰ ਤੋਂ ਮੈਸੇਜਾਂ 'ਚ ਸਾਡਾ ਰਾਬਤਾ ਹੁੰਦਾ ਸੀਗਾ, ਅਤੇ ਬਾਕੀ ਅੱਜ ਮਿਲ ਵੀ ਲਏ ਬਾਈ ਨੂੰ ਅਤੇ ਬਹੁਤ ਵਧੀਆ ਲੱਗਿਆ ਮੈਂ ਬਾਈ ਨੂੰ ਮਿਲ ਕੇ। ਅਤੇ ਹੋਰ ਦੱਸੋ ਬਾਈ? ਬਸ ਰਾ ਬਾਈ, ਮੈਂ ਬਾਈ ਨੂੰ ਆਪ ਮੈਸੇਜ ਕਰਿਆ ਸੀਗਾ। ਹਾਂ, ਅਤੇ ਬਾਈ ਐਪਰੀਸ਼ੀਏਟ ਹੀ ਕਰਦਾ ਹਰ ਇੱਕ ਨੂੰ, ਤਾਂ ਬਾਕੀ ਆਪਣਾ ਵੀ ਭਾਈ ਨਾਲ ਪਿਆਰ ਹੀ ਹੈਗਾ। ਅਤੇ ਬਾਕੀ
ਅਸੀਂ ਗੱਲਾਂ ਬਾਤਾਂ ਕਰ ਲਈਏ ਤੇ ਤੁਸੀਂ ਦੇਖੀ ਚਲੋ ਵਲੌਗ ਇਹਨੇ ਭਾਜੀ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਮਿਸਾਲਾਂ ਦੇ ਗਏ ਨੇ ਜੰਗ ਦੀਆਂ ਦੇਖ ਬੱਚੇ ਨੀਹਾਂ ਦੇ ਵਿੱਚ ਰੂਹਾਂ ਸੀ ਕੰਬਦੀਆਂ ਮਾਤਾ ਗੁਜਰ ਕੌਰ ਜੀ ਤੇ ਨਿੱਕੇ ਬੱਚੇ ਝੱਲ ਗਏ ਠੰਡੇ ਬੁਰਜ ਦੀ ਠਾਰ ਨੂੰ ਸਿੰਘੋ ਨਾ ਭੁੱਲ ਜਾਇਓ ਦਸਮ ਪਿਤਾ ਦੇ ਪਰਿਵਾਰ ਨੂੰ ਸਿੰਘੋ ਨਾ ਭੁੱਲ ਜਾਇਓ ਦਸ਼ਮੇਸ਼ ਪਿਤਾ ਦੇ ਪਰਿਵਾਰ ਨੂੰ ਓਨੀਆਂ ਕੁ ਲਾਈ ਜਿੰਨੀਆਂ ਨਿਭਾ ਸਕੀ ਯਾਰੀਆਂ ਤੇ ਯਾਰਾਂ ਦੀਆਂ ਘਰੇ ਚੱਲਣ ਨੂੰ ਤਿਆਰੀਆਂ ਤੇ ਬਾਕੀ ਚੱਲਦੇ ਆਂਗੇ ਫਿਰ ਹੁਣ ਭੋਗ ਲੈਣ ਚੱਲਦੇ ਆ ਹਨਾ ਤੇ ਭੋਗ ਪਿਛਲੀ ਵਾਰ ਮੈਂ ਭੁੱਲ ਗਿਆ ਸੀ ਤੇ ਭੋਗ ਲੈ ਕੇ ਬਸ ਟਰਾਲੀ 'ਚ ਬਹਿੰਦੇ ਹਾਂ ਤੇ ਘਰੇ ਨੂੰ ਜਾਂਦੇ ਹਾਂ ਚੱਲ ਵਾਪਸੀ ਕਰਦੇ ਹੋਏ ਆਪਣੇ ਸਬਸਕ੍ਰਾਈਬਰ ਭਰਾ ਮਿਲਦੇ ਹੋਏ ਤੇ ਬਾਕੀ ਮੈਂ ਬਾਈਆਂ ਦੀ ਵੀਡੀਓ ਬਣਾਉਂਦਾ ਬਾਈ ਕਹਿੰਦੇ ਸਾਡੀ ਵੀਡੀਓ ਬਣਾ ਤੇ ਮੈਂ ਦਿਖਾਉਂਦਾ ਫਤਿਹਗੜ੍ਹ ਸਾਹਿਬ ਤੋਂ ਯਾਰ ਵਾਪਸ ਆ ਗਏ ਸੀਗੇ ਤੇ ਆਪਾਂ ਨਿੱਘੀ ਸ਼ਰਧਾਂਜਲੀ ਭੇਟ ਕਰ ਆਏਗੇ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਅਤੇ ਇੱਕ ਗੱਲ ਹੋਰ ਆ ਮੇਰੇ ਦਿਮਾਗ 'ਚ ਨਾ ਕਿ ਯਾਰ ਆਹ ਵਲੋਗ ਮੈਂ ਐਜ਼ ਆ ਨਾ ਡਾਕੂਮੈਂਟਰੀ ਟਾਈਪ ਵਲੋਗ ਬਣਾਉਣਾ ਸੀਗਾ ਅਤੇ ਜਿਵੇਂ ਪ੍ਰੋ ਐਡੀਟਿੰਗ ਵਗੈਰਾ ਨਾਲ ਪਰ ਮੈਂ ਬਣਾਇਆ ਨਹੀਂ ਗਾ ਕਿਉਂਕਿ ਉਹਦੇ ਵਿੱਚ ਹੁੰਦੀ ਹੈ ਇਨਫੋਰਮੇਸ਼ਨ ਅਤੇ ਇਨਫੋਰਮੇਸ਼ਨ ਅੱਜ ਕੱਲ੍ਹ ਕੋਈ ਸੁਣ ਕੇ ਰਾਜ਼ੀ ਨਹੀਂ ਗਾ ਅਤੇ ਕਿਉਂਕਿ ਮੋਸਟਲੀ ਯਾਰ ਜਿਹੜੀ ਅੱਜ ਦੀ ਪੀੜ੍ਹੀ ਹੈ ਨਾ 50% ਬੰਦਿਆਂ ਨੂੰ ਪਤਾ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਜ਼ਿਆਦਾ ਨੂੰ ਤਾਂ ਪਤਾ ਹੀ ਨਹੀਂ ਗਾ ਅਤੇ ਫਿਰ ਵੀ ਜੇ ਬੋਲਦਾ ਯਾਰ ਹੈ ਨਾ ਵੀ ਆਹ ਇਤਿਹਾਸ ਜੋਤੀ ਸਰੂਪ ਗੁਰਦੁਆਰਾ ਸਾਹਿਬ ਦਾ ਆਹ ਇਤਿਹਾਸ ਠੰਡਾ ਬੁਰਜ ਗੁਰਦੁਆਰੇ ਦਾ ਹੈ ਨਾ ਤਾਂ ਉਹ ਕਿਸੇ ਨੇ ਸੁਣਨਾ ਨਹੀਂ ਸੀਗਾ ਤਾਂ ਕਰਕੇ ਐਜ਼ ਆ ਇੱਕ ਜਰਨੀ ਵਾਲਾ ਬਲੌਗ ਬਣਾਇਆ ਵੀ ਐਵੇਂ ਰੀਚ ਕੀਤਾ ਅਤੇ ਐਵੇਂ ਅਸੀਂ ਵਾਪਸ ਆਏਗੇ ਬਾਕੀ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰਿਓ ਅਤੇ ਬਾਕੀ ਆ ਇੰਨਾ ਕੁ ਬਲੌਗ ਸੀਗਾ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਐਟ ਦਾ ਲਾਸਟ ਮੈਨੂੰ ਯਾਰ ਜ਼ਿਆਦਾ ਅਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਉੱਥੇ ਬਹੁਤ ਸਬਸਕ੍ਰਾਈਬਰ ਭਰਾ ਮਿਲੇ ਜਿਨ੍ਹਾਂ ਦੀ ਹਾਲਾਂਕਿ ਮੈਂ ਵੀਡੀਓ ਤਾਂ ਨਹੀਂ ਬਣਾ ਸਕਿਆ ਚਲੋ ਯਾਰ ਫਿਰ ਵੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਸੁਣਿਆ ਨਾ ਮਿਲੇ ਅਤੇ ਬਾਕੀ ਵਧੀਆ ਲੱਗੇ ਯਾਰ ਸਭ ਨੂੰ ਮਿਲ ਕੇ ਤਾਂ ਵਲੌਗ ਇੰਨਾ ਸੀਗਾ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਘੈਂਟ ਘੈਂਟ ਵਲੌਗ ਲਈ।